एक शबे तार है और एक बार है और उस बार में एक सच्चा है और एक सच्चाई है। एक मोहब्बत है और एक हुबदार है। एक मोहब्बत है और एक हुबदार है। बेपना प्यार है, बेपना प्यार है, बेपना प्यार है। इस पे शाहिद, इस पे शाहिद है नूरानी फरमान भी। इस पे शाहिद है नूरानी फरमान भी। रब का कुरान भी, रब का कुरान भी, रब का कुरान भी। जानू है यार पर आज क्या कुछ सुनाने लगा। सिद्दीक अकबर की रान जो थे जानू है लुक रही आपका नहर में हाथ तक जो सफर हो गया मोतबर हो गया। सामी जी कराम किस तरीके दिनार मेरा है दिनार तो मीवाल याका ने रबते चलने रखे ने और किसी ने नहीं रखे और किसी ने से दिन नहीं आए। इस तरीके दिनार बारे सोल के अंदर जेने चलने से की भी अकबर ने रखे ने और किसी ने नहीं रखे। उसकी तर आंख से सब डंग मारे आ सिद्दीक अकबर की आंख में आंसू निकले आ। उसकी तर आंख से उनके रुख सारे तक लुक रही आपका नहर में खाब तक जो सफर हो गया मोतबर हो गया। हिजरत की रात ही नफकत हम सफर रहे। हिजरत की रात ही नफकत हम सफर रहे। सिद्दीक हम रुकाब नबी उम्र भर रहे। ऐसा नहीं कि सिर्फ रहे जिंदगी के साथ अब भी है उनके साथ ये मद्दे नजर रहे। बेपना प्यार है, बेपना। इस वक्त सिद्दीक अकबर ने सोनी कमी वाले के चेहरे को देख रहे हैं कि मियां मोहम्मद बख्श साहब फरमाते हैं जिन्ना मियां दिल भर दस लिया कमली वाले ने अपना लुहाबे दान सिद्दीक अकबर दी
ਐੜੀ ਮੁਬਾਰਕ ਤੇ ਕਦਮ ਮੁਬਾਰਕ ਤੇ ਲਾਇਆ ਰੱਬ ਨੇ ਸ਼ਫਾਅਤ ਤਾ ਫਰਮਾ ਦਿੱਤੀ ਸੁਭਾਨ ਅੱਲਾਹ ਵੀ ਜੀ ਕਰਾਂ ਵਿਸੀ ਵਾਸੇ حضرت ਸੈਯਦਾ ਆਇਸ਼ਾ ਸਿੱਦੀਕਾ ਰਜ਼ੀ ਅੱਲਾਹ ਤਾਲਾ ਇੱਕ ਦਿਨ ਪੁੱਛਣ ਲੱਗੀਆਂ ਯਾ ਰਸੂਲ ਅੱਲਾਹ ਅਸਮਾਨ ਦੇ ਤਾਰਿਆਂ ਦੇ ਬਰਾਬਰ ਦੀ ਕੀ ਸਿੱਧੀਆਂ ਦੇਖੀਆਂ ਹਨ ਮੇਰੇ ਕੰਮੀ ਵਾਲੇ ਆਕਾ ਨੇ ਫਰਮਾਇਆ ਹਾਂ ਹੈ ਕੰਮੀ ਵਾਲੇ ਆਕਾ ਨੂੰ ਪੁੱਛਣ ਲੱਗੀਆਂ ਸੋਹਣੇ ਉੱਤੇ ਦੀਆਂ ਮੇਰੇ ਕੰਮੀ ਵਾਲੇ ਆਕਾ ਨੇ ਫਰਮਾਇਆ ਮੇਰੇ ਉਮਰ ਦੀਆਂ ਅਸਮਾਨ ਦੇ ਤਾਰਿਆਂ ਦੇ ਬਰਾਬਰ ਨੇ ਕਿ ਮੇਰੇ ਉਮਰ ਦੀਆਂ ਨੇ حضرت ਆਇਸ਼ਾ ਸਿੱਦੀਕਾ ਰਜ਼ੀ ਅੱਲਾਹ ਤਾਲਾ ਨਾ ਖਾਮੋਸ਼ ਹੋ ਗਈਆਂ ਕੰਮੀ ਵਾਲੇ ਆਕਾ ਨੇ ਫਰਮਾਇਆ ਇਹ ਆਇਸ਼ਾ ਕਿਉਂ ਪਰੇਸ਼ਾਨ ਹੋ ਗਈ ਹੈ ਫਰਮਾਇਆ ਯਾ ਰਸੂਲ ਅੱਲਾਹ ਕੁਝ ਨਹੀਂ ਬਸ ਐਸੇ ਫਰਮਾਇਆ ਆਇਸ਼ਾ ਮੈਨੂੰ ਪਤਾ ਹੈ ਤੂੰ ਕੀ ਕਹਿਵਾਉਂਦਾ ਚਾਹੀ ਸੀ تیرے باپ ابو بکر دی خالص سور والی رات دی نیکی ایک پاسے سبحان اللہ فرمایا عمر دی نیکی مقابلہ نہیں کر سکیاں کیونکہ دنیا دے اندر آیا صدیق ایک ہی ہے سبحان اللہ اس واسطے نبی کا انعام دی فرمایا والذی جاء بالصدق وصدق به ਤੁਹਾਡਾ ਮੈਂ ਲਿਖਾਏ ਕਿ ਮੈਂ ਤੁਹਾਨੂੰ ਰੱਬ ਕੋਲੋਂ ਜੁਦਾ ਹੋਣਾ
ਕੋਲੋਂ ਜੁਦਾ ਹੋਣਾ ਗਵਾਰਾ ਨਹੀਂ ਕੀਤਾ, ਰੱਬ ਨੇ ਤੁਹਾਨੂੰ ਇਸ ਕੋਲੋਂ ਜੁਦਾ ਹੋਣਾ ਗਵਾਰਾ ਨਹੀਂ ਕੀਤਾ। ਜਿਹੜਾ ਜ਼ਿੰਦਗੀ ਦੇ ਅੰਦਰ ਨਾਲੋਂ ਰੱਖਣਾ ਗਵਾਰਾ ਨਹੀਂ, ਰੱਬ ਨੇ ਕਿਆਮਤ ਤੱਕ ਨਾਲ ਮਿਲਾ ਲਿਆ, ਕਿਆਮਤ ਤੱਕ ਨਾਲ ਮਿਲਾ ਕੇ ਦੱਸ ਦਿੱਤਿਆ ਰੱਬ ਨੇ, ਜਿਹੜਾ ਇੰਜ ਵਫਾ ਕਰੇ ਅਸੀਂ ਇੰਜ ਵਫਾ ਕਰਦੇ ਹਾਂ, ਜਿਹੜਾ ਇੰਜ ਵਫਾ ਕਰੇ ਅਸੀਂ ਉੰਜ ਵਫਾ ਕਰਦੇ ਹਾਂ, ਜਿਹੜਾ ਦੁਨੀਆ ਚ ਵਫਾ ਕਰ ਲਵੇ ਅਸੀਂ ਕਿਆਮਤ ਤੱਕ ਨਾਲ ਲਿਟਾ ਦਿੰਦੇ ਹਾਂ। ਅਕਬਰ ਮੁਹੰਮਦ ਕਰੀਮ ਦੇ ਨਾਲ ਲੇਟੇ ਹੋਏ ਨੇ, ਔਰ ਜਿਹੜੇ ਅਬੂ ਬਕਰ ਨੂੰ ਅੱਜ ਵੀ ਗਾਲਾਂ ਨਾਉਜ਼ੁਬਿਲਲਾ ਕੱਢਦੇ ਨੇ, ਯਾਦ ਰੱਖਣਾ ਉੱਥੇ ਗਾਲਾਂ ਨਹੀਂ ਜਾਂਦੀਆਂ, ਸਿਰਫ ਦਰੂਦ ਸਲਾਮ ਜਾਂਦਾ ਹੈ। ਓਏ ਸਭ ਜ਼ਿੰਦਗੀ ਦੇ ਅੰਦਰ ਅਬੂ ਬਕਰ ਦਾ ਕੁਝ ਨਹੀਂ ਕਰ ਸਕਿਆ ਤੇ ਅੱਜ ਕੱਲ ਦੇ ਕੁੱਤੇ ਕੀ ਕਰ ਸਕਦੇ ਨੇ। ਸਦੀਕ ਨੂੰ ਬੜੀ ਸ਼ਾਨ ਰੱਬ ਨੇ ਅਤਾ ਫਰਮਾਈ, ਬੜੇ ਕਮਾਲ ਰੱਬ ਨੇ ਅਤਾ ਫਰਮਾਈ, ਬੜੀ ਸ਼ਾਨ ਅਤਾ ਫਰਮਾਈ, ਔਰ ਸਦੀਕ ਅਕਬਰ ਦੀ ਤਾਰੀਫ ਦੇ ਨਾਲ ਰੱਬ ਨੇ ਕੁਰਾਨ ਦੀ ਸੀਰਤ ਬਣਾਇਆ। ਸਦੀਕ ਅਕਬਰ ਦੀ ਤਾਰੀਫ ਦੇ ਨਾਲ ਰੱਬ ਨੂੰ ਕੁਰਾਨ ਨੂੰ ਸਜਾਇਆ, 24ਵਾਂ ਪਾਰਾ ਜੂਸ ਦੀ ਆਇਤ ਹੈ, ਫਰਮਾ ਬਦ ਨਜ਼ੀ ਜਾ ਅਬ ਸਦਕ ਇਸਮ ਦਾ ਕਬੀ ਉਲਾਇਕਾ ਹੁਮੁਲ ਮੁਤਤਕੂਨ। ਸਦੀਕ ਅਕਬਰ ਨੇ ਆਪਣਾ ਸਭ ਕੁਝ ਇਸ ਦੀਨ ਇਸਲਾਮ ਵਾਸਤੇ ਕੁਰਬਾਨ ਕੀਤਾ, ਲੁਟਾਇਆ, ਚਾਹੇ ਮੈਂ ਸਿਰਫ ਥੋੜੀ ਜਿਹੀ ਸ਼ਾਨ, ਥੋੜੀ ਜਿਹੀ ਬਿਲਕੁਲ ਨਿਆਤ ਮੁਖਤਸਰ ਦੋ ਸਤਰਾਂ ਦੇ ਅੰਦਰ ਤੁਹਾਡੇ ਸਾਹਮਣੇ ਬਿਆਨ ਕੀਤੀ ਹੈ। ਅਗਰ ਰੱਬ ਨੇ ਜ਼ਿੰਦਗੀ ਦਿੱਤੀ, ਆਇੰਦਾ ਜੁਮੇ ਦੇ ਉੱਤੇ ਮੁਸਤਫਾ ਕਰੀਮ ਦੀ ਅਹਾਦੀਸ ਮੁਬਾਰਕਾ ਦੇ ਵਿੱਚੋਂ ਸੋਹਣੇ ਸਿੱਦੀਕ ਦੀ ਸ਼ਾਨ ਸੁਣਾਵਾਂਗਾ, ਇਸ ਸਿੱਦੀਕ ਨੂੰ ਰੱਬ ਨੇ ਮਕਾਮ ਕਿਹੜਾ ਅਤਾ ਫਰਮਾਇਆ। ਸੋਹਣੇ ਸਿੱਦੀਕ ਅਕਬਰ ਦੇ ਸਦਕੇ ਅਸਾਂ ਨੂੰ ਜ਼ਿੰਦਗੀ ਇਸਲਾਮ ਵਾਲੀ ਪਰ ਬਹੁਤ